Mr. Singh, welcome to the house. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕਾਫੀ ਕਰਮਾਂ ਵਾਲੇ ਭਾਈ ਆਈ ਹੈ, ਬਲਕੌਰ ਸਿੰਘ ਹੋਣੀ, ਸ਼ੁਭਦੀਪ ਸਿੰਘ, ਸਿੱਧੂ ਮੂਸੇਵਾਲੇ ਦੇ ਡੈਡੀ ਸਾਡੇ ਨਾਲ ਮਿਲੇ ਆ ਅਤੇ ਨਾਲ ਉਹਨਾਂ ਦੇ ਸਰਕਲ ਫੈਮਿਲੀ ਮੈਂਬਰ ਦੇ ਨਾਲ ਆਏ ਸਾਡੇ ਘਰ। ਅਤੇ ਅਸੀਂ ਅੱਜ ਬਸ ਇਹੀ ਘੜੀ ਘੜੀ ਰਿਮਾਇੰਡ ਕਰਨਾ ਸੰਗਤ ਨੂੰ, ਸਪੈਸ਼ਲੀ ਹੁਣ ਜਿਹੜੀਆਂ ਭਾਈ ਅਸੀਂ ਸਾਨੂੰ ਪਤਾ ਭਾਈ ਸੰਗਤਾਂ ਜਾਂ ਪਿੰਡਾਂ ਦੇ ਵਿੱਚ ਹੁਣ ਇਸ ਸਾਲ ਤੋਂ ਤੁਹਾਡੇ ਜਿਹੜੇ ਐਮ ਐਲ ਏ ਐਮ ਪੀ ਆਉਣ ਲੱਗ ਪੈਣੇ ਆ ਅਤੇ ਸਾਨੂੰ ਵੋਟਾਂ ਪਾਓ ਅਗਲੇ ਸਾਲ। ਅਤੇ ਉਹ ਹੀ ਐਮ ਐਲ ਏ ਐਮ ਪੀ ਆ ਜਿਹਨਾਂ ਨੇ ਭਾਈ ਹੁਣ ਆਵਾਜ਼ ਆਪਣੀ ਬੰਦ ਕਰ ਲਈ ਆ, ਇਨਸਾਫ ਲੈਣਾ ਭਾਈ ਸਿੱਧੂ ਮੂਸੇਵਾਲੇ ਦੇ। ਅਤੇ ਪਹਿਲਾਂ ਤਾਂ ਸਾਰੇ ਜਾ ਕੇ ਮਿਲਦੇ ਸੀਗੇ, ਹੁਣ ਗੱਲ ਠੰਡੀ ਹੋਈ ਜਾਂਦੀ ਆ। ਅਤੇ ਅਸੀਂ ਸਾਡੀ ਇਹ ਅਪੀਲ ਆ ਜਿਹੜੀ ਪੰਥਕ ਜਥੇਬੰਦੀਆਂ, ਪੰਜਾਬ ਦੀ ਜਥੇਬੰਦੀਆਂ, ਜਿਹੜੇ ਮਰਜ਼ੀ ਧਰਮ ਹੋਣ, ਜਿਹਨੂੰ ਪਤਾ ਵੀ ਪੰਜਾਬ ਲਈ ਅਸੀਂ ਖੜ੍ਹਦੇ, ਇਕੱਠੇ ਹੋ ਕੇ ਖੜ੍ਹੇ ਹਾਂ, ਭਾਈ ਜੇ ਜਿੱਦਾਂ ਬਾਹਰੋਂ ਆ ਕੇ ਪੰਜਾਬ ਵਿੱਚ ਹਮਲਾ ਕੀਤਾ ਗਿਆ ਸਿੱਧੂ ਹੋਣਾ ਉੱਪਰ, ਅਤੇ ਸਾਡੇ ਉੱਪਰ ਇਹ ਕੀ ਸਾਡੇ ਉੱਪਰ ਕਹਿ ਲਓ ਭਾਈ ਇੱਕ ਵੱਡਾ ਮੈਸੇਜ ਸਾਨੂੰ ਆਇਆ ਭਾਈ ਪੰਜਾਬ ਵਿੱਚ ਕੋਈ ਸੇਫ ਨਹੀਂ ਗਾ। ਹੁਣ ਵੀ ਭਾਈ ਸਾਹਿਬ ਦੇ ਉੱਪਰ ਅਤੇ ਮਾਤਾ ਜੀ ਉੱਪਰ ਕਾਫੀ ਜਿੱਦਾਂ ਕਹਿ ਲਓ ਥਰੈਟਸ ਆ ਰਹੇ ਆ, ਆਪਣੇ ਘਰ ਦੇ ਵਿੱਚ ਬਹੁਤ ਸਕਿਉਰਿਟੀ ਰੱਖਣੀ ਪੈਂਦੀ ਆ, ਅਤੇ ਜੇ ਪੰਜਾਬ ਰਹਿ ਕੇ ਆਪਣੇ ਸਿੱਖ ਨਹੀਂ, ਕੋਈ ਪੰਜਾਬੀ ਨਹੀਂ ਸੇਫ, ਅਤੇ ਕਿੱਥੇ ਸੇਫ ਆ। ਇਹ ਪੰਜਾਬ ਦੇ ਜਿਹੜੇ ਇੰਟੈਲੀਜੈਂਸ ਏਜੰਸੀ ਜਿਹਨਾਂ ਨੂੰ ਨਿੱਕੀ ਨਿੱਕੀ ਚੀਜ਼ ਦਾ ਪਤਾ ਭਾਈ, ਜਿੱਥੇ ਕੋਈ ਕਹਿ ਲਓ ਕਿਸੇ ਨੇ ਪੋਸਟਰ ਲਾ ਦਿੱਤਾ ਕਿਸੇ ਚੀਜ਼ ਦਾ, ਜਾ ਕੇ ਅੱਧੀ ਰਾਤ ਜਾ ਕੇ ਛਾਪਾ ਮਾਰ ਕੇ ਫੜ ਲੈਣਾ, ਤਾਂ ਜਿਹਨਾਂ ਨੇ ਇੰਨੇ ਵੱਡੇ ਵੱਡੇ ਹਥਿਆਰ ਲੈਂਦੇ ਬਾਹਰੋਂ, ਸਫਿਸਟੀਕੇਟਿਡ ਵੈਪਨਸ ਹਥਿਆਰ ਲੈ ਕੇ ਕਤਲ ਕੀਤਾ ਗਿਆ ਸਿੱਧੂ ਸਾਹਿਬ ਦਾ, ਉਹ ਕਿਉਂ ਨਹੀਂ ਫੜੇ ਗਏ? ਕਿਉਂਕਿ ਮੇਰਾ ਤਾਂ ਆਪਣਾ ਖਿਆਲ ਆ, ਹੋਰ ਕਿਸੇ ਦਾ ਨਹੀਂ, ਕਿ ਸਰਕਾਰ ਦਾ, ਸਰਕਾਰਾਂ ਦਾ ਹੱਥ ਵਿੱਚ ਹੈਗਾ ਇਹਦਾ। ਤਾਂ ਜਿਹੜੇ ਚੰਗੇ ਸਾਡੇ ਐਮ ਐਲ ਏ ਐਮ ਪੀਜ਼ ਆ, ਉਹਨੂੰ ਤੁਸੀਂ ਅਪੀਲ ਕਰੋ ਭਾਈ ਇਹਨਾਂ ਦਾ ਸਾਥ ਦੇਣ, ਕਿਉਂਕਿ ਇਹ ਇੱਦਾਂ ਹੁਣ ਲੱਗਦਾ ਸਾਨੂੰ ਭਾਈ ਪੰਜਾਬ ਵਿੱਚ ਕੋਈ ਇਨਸਾਫ ਰਹਿ ਨਹੀਂ ਗਿਆ ਕਿਸੇ ਲਈ, ਜੇ ਇੰਨੇ ਵੱਡੇ ਸੁਪਰ ਸਟਾਰ ਦੇ ਉੱਪਰ ਇਹ ਹੋ ਸਕਦਾ, ਅਤੇ ਬਾਕੀ ਆਮ ਲੋਕਾਂ ਦਾ ਕੀ ਹੋਊਗਾ? ਜਦ ਤੱਕ ਅਸੀਂ ਇੱਕ ਉੱਥੇ ਖੜ੍ਹੇ ਨਹੀਂ ਹੁੰਦੇ ਇੱਕ ਦੂਜੇ ਦੇ, ਇਨਸਾਫ ਦੀ ਜਿਹੜੀ ਗੱਲ ਕਰਦੇ, 84 ਇਲਾਕੇ, 47 ਇਲਾਕੇ ਅਸੀਂ ਗੱਲਾਂ ਵਿੱਚ ਹੀ ਰਹਿ ਗਏ ਹਾਂ, ਤਾਂ ਜਾਂ ਅਸੀਂ ਕੋਈ ਐਕਸ਼ਨ ਕਰੀਏ। ਸਾਡਾ ਇਹੀ ਮੈਸੇਜ ਆ, ਸਾਫ ਦਿਓ, ਉਹਦੀਆਂ ਗੱਲਾਂ ਕਰਨੀਆਂ ਰੁਕਣੀਆਂ ਨੇਗੀਆਂ, ਨਾ ਰੋਕਣੀਆਂ ਸੋਸ਼ਲ ਮੀਡੀਆ 'ਤੇ, ਆਪਣੇ ਐਮ ਐਲ ਏ ਐਮ ਪੀਜ਼ ਨੂੰ, ਆਪਣੇ ਜਿਹੜੇ ਤੁਹਾਡੇ ਸੈਲੀਬ੍ਰਿਟੀ ਆਉਂਦੇ ਆ, ਸਿੰਗਲ ਪੰਜਾਬੀ, ਸਾਡੀ ਡਿਊਟੀ ਆ ਕਿ ਆਵਾਜ਼ ਉਠਾਉਣ। ਭਾਈ ਸਾਹਿਬ ਤੁਸੀਂ ਇੱਕ ਮੈਸੇਜ ਦੇ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਯੂ ਕੇ ਆਉਣ ਦੌਰਾਨ ਭਾਈ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਔਰ ਇਹਨਾਂ ਨੇ ਬੇਟੇ ਦੇ ਜਸਟਿਸ ਦੇ ਵਿੱਚ ਜੋ ਹੈਲਪ ਕਰਨ ਦਾ ਭਰੋਸਾ ਦਿੱਤਾ, ਮੈਂ ਭਾਈ ਸਾਹਿਬ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ। ਔਰ ਪਿੰਡ ਪੱਧਰ 'ਤੇ ਵੀ ਜੋ ਬੱਚੇ ਵੱਲੋਂ ਸਮਾਜ ਭਲਾਈ ਦੇ, ਲੋਕ ਭਲਾਈ ਦੇ ਕੰਮ ਸ਼ੁਰੂ ਕੀਤੇ ਗਏ ਸੀ, ਉਹਨਾਂ ਦੇ ਵਿੱਚ ਵੀ ਜੇ ਕਿਤੇ ਲੋੜ ਸਮਝੋ ਅਸੀਂ ਤੁਹਾਡੇ ਕੰਮ ਆ ਸਕਦੇ ਹੋਈਏ, ਤਾਂ ਉਸ ਹੈਲਪ ਦੇ ਲਈ ਵੀ ਭਾਈ ਸਾਹਿਬ ਨੇ ਬੜੇ ਖੁੱਲ੍ਹੇ ਦਿਲ ਦੇ ਨਾਲ ਭਰੋਸਾ ਦਿੱਤਾ। ਔਰ ਮੈਂ ਇਹਨਾਂ ਸਾਰੇ ਜਿਹੜੇ ਉੱਦਮ ਨੇ ਇਮਾਨਦਾਰੀ ਦੇ ਨਾਲ ਲੋੜਵੰਦ ਵਿਅਕਤੀਆਂ ਤੱਕ ਜੋ ਕੌਮ ਦੀ ਆਸ ਸਰਮਾਇਆ ਹੈ ਉਹਨਾਂ ਤੱਕ ਪਹੁੰਚੇ, ਤਾਂ ਮੈਂ ਇਸ ਲਈ ਖਾਲਸਾ ਸਾਹਿਬ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।